ਓਸ਼ੋ ਦੇ ਲੈਕਚਰ ਪਰਫੁੱਲਤਾ ਪਰਸਨਤਾ ਤੇ ਆਨੰਦ ਦਾ ਬੋਧ ਤੀਜੀ ਗੱਲ ਹੈ ਪਰਫੁੱਲਤਾ ਪਰਸਨਤਾ ਆਨੰਦ ਦਾ ਇੱਕ ਬੋਧ ਵਿਖਾਦ ਦੀ ਅਨੁਹੂਦ ਅਸੀਂ ਸਾਰੇ ਵਿਖਾਦ ਨਾਲ ਭਰੇ ਆ ਅਸੀਂ ਸਾਰੇ ਉਦਾਸ ਲੋਕ ਥੱਕੇ ਹੋਏ ਲੋਕ ਆ ਅਸੀਂ ਸਾਰੇ ਹਾਰੇ ਹੋਏ ਹਾਰਿਆਂ ਰਾਹਾਂ ਤੇ ਤੁਰਦੇ ਆ ਤੇ ਖਤਮ ਹੋ ਜਾਂਦੇ ਆ ਅਸੀਂ ਇਸ ਤਰ੍ਹਾਂ ਤੁਰਦੇ ਆ ਜਿਵੇਂ ਅੱਜ ਹੀ ਮਰ ਗਏ ਆ ਸਾਡੇ ਤੁਰਨ ਚ ਕੋਈ ਗਤੀ ਤੇ ਪ੍ਰਾਣ ਨਹੀਂ ਹੈ ਸਾਡੇ ਉੱਠਣ ਬੈਠਣ 'ਚ ਕੋਈ ਪ੍ਰਾਣ ਨਹੀਂ ਹੈ। ਅਸੀਂ ਸੁਸਤੇ ਹਾਂ, ਉਦਾਸ ਹਾਂ, ਟੁੱਟੇ ਹੋਏ ਆ ਤੇ ਹਾਰੇ ਹੋਏ ਆ। ਇਹ ਗਲਤ ਹੈ। ਜੀਵਨ ਕਿੰਨਾ ਹੀ ਛੋਟਾ ਹੋਵੇ, ਮਨ ਕਿੰਨੀ ਯਕੀਨੀ ਹੋਵੇ, ਜਿਸ 'ਚ ਥੋੜੀ ਵੀ ਸਮਝ ਹੈ ਉਹ ਉਦਾਸ ਨਹੀਂ ਹੋਏਗਾ। ਸੁ크ਰਾਤ ਮਰ ਰਿਹਾ ਸੀ। ਉਹਨੂੰ ਜ਼ਹਿਰ ਦਿੱਤਾ ਜਾ ਰਿਹਾ ਸੀ ਤੇ ਉਹ ਹੱਸ ਰਿਹਾ ਸੀ। ਉਹਦੇ ਸ਼ੇਸ਼ ਪਲੇਟੋ ਨੇ ਪੁੱਛਿਆ ਹੱਸਦੇ ਹੋਏ, ਸਾਡੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ। ਮੌਤ ਨੇੜੇ ਹੈ ਤੇ ਵਿਖਾਦ ਦਾ ਚਿੰਨ ਹੈ। ਸੁਕਰਾਤ ਨੇ ਕਿਹਾ ਵਿਖਾਦ ਕੀਤੇ ਜੇਕਰ ਮਰਿਆ ਤੇ ਬਿਲਕੁਲ ਹੀ ਮਰ ਗਿਆ ਤਾਂ ਵਿਖਾਦ ਕੀ ਕਿਉਂਕਿ ਦੁੱਖ ਨੂੰ ਮਹਿਸੂਸ ਕਰਨ ਨੂੰ ਕੋਈ ਬਚੇਗਾ ਹੀ ਨਹੀਂ ਤੇ ਜੇਕਰ ਮਰਿਆ ਤੇ ਬਚਿਆ ਰਿਹਾ ਤਾਂ ਦੁੱਖ ਕੀ ਹੈ ਜੋ ਗਵਾਚਿਆ ਉਹ ਅਸੀਂ ਨਹੀਂ ਸੀ ਜੋ ਅਸੀਂ ਆ ਉਹ ਬਚੇ ਹੋਏ ਸਾਂ ਸੋ ਨੇ ਕਿਹਾ ਮੈਂ ਖੁਸ਼ ਹਾਂ ਮੌਤ ਦੋ ਹੀ ਕੰਮ ਕਰ ਸਕਦੀ ਹੈ ਜਾਂ ਤਾਂ ਬਿਲਕੁਲ ਮਿਟਾ ਦੇਗੀ ਬਿਲਕੁਲ ਮਿਟਾ ਦੇਗੀ ਤਾਂ ਖੁਸ਼ ਹਾਂ ਕਿਉਂਕਿ ਬਚਾਂਗਾ ਹੀ ਨਹੀਂ ਦੁੱਖ ਮਹਿਸੂਸ ਕਰਾਂਗਾ ਤੇ ਜੇ ਬਚਾ ਦੇਗੀ ਤੇ ਮੈਨੂੰ ਤਾਂ ਖੁਸ਼ਾਂ ਕਿਉਂਕਿ ਜੋ ਮੇਰਾ ਨਹੀਂ ਹੈ ਉਹ ਨਸ਼ਟ ਹੋ ਜਾਏਗਾ ਮੈਂ ਤਾਂ ਬਚਾਂਗਾ ਮੌਤ ਦੋਹੀ ਕੰਮ ਕਰ ਸਕਦੀ ਹੈ ਇਸ ਲਈ ਹੱਸਣ ਜਈਏ ਸੋ크ਰਾਟ ਨੇ ਕਿਹਾ ਮੈਂ ਖੁਸ਼ਾਂ ਕਿਉਂਕਿ ਮੌਤ ਕੀ ਖੋਲੇਗੀ ਜਾਨ ਤਾਂ ਬਿਲਕੁਲ ਹੀ ਮਿਟਾ ਦੇਗੀ ਤਾਂ ਕੀ ਖੋਇਆ ਕਿਉਂਕਿ ਹੁਣ ਜਿਸ ਕੋਲੋਂ ਖੋਇਆ ਉਹ ਵੀ ਨਹੀਂ ਤਾਂ ਦੁੱਖ ਦਾ ਕੋਈ ਅਨੁਭਵ ਨਹੀਂ ਹੋਏਗਾ ਤੇ ਜੇਕਰ ਮੈਂ ਬਚ ਰਿਹਾ ਤਾਂ ਸਭ ਬਚ ਰਿਹਾ ਮੈਂ ਬਚ ਰਿਹਾ ਤੇ ਜੋ ਖੋ ਲਿਆ ਉਹ ਮੇਰਾ ਨਹੀਂ ਇਸੇ ਲਈ ਸੁਕਰਾਟ ਨੇ ਕਿਹਾ ਮੈਂ ਖੁਸ਼ ਹਾਂ ਉਹ ਮੌਤ ਦੇ ਸਾਹਮਣੇ ਖੁਸ਼ ਹੈ ਤੇ ਅਸੀਂ ਹਾਂ ਕਿ ਅਸੀਂ ਜ਼ਿੰਦਗੀ ਨੂੰ ਪਾ ਕੇ ਵੀ ਦੁਖੀ ਬੈਠੇ ਹਾਂ ਅਸੀਂ ਹਾਂ ਕਿ ਅਸੀਂ ਜ਼ਿੰਦਗੀ ਚ ਦੁਖੀ ਹੋਏ ਬੈਠੇ ਹਾਂ ਅਜੇ ਲੋਕ ਵੀ ਹੋਏ ਆ ਜਿਹੜੇ ਮੌਤ ਦੇ ਸਾਹਮਣੇ ਵੀ ਖੁਸ਼ ਹੈ ਮਨਸੂਰ ਨੂੰ ਸੂਲੀ ਦੇ ਰਹੇ ਸੀ ਉਹਦੇ ਪੈਰ ਵੜ ਦਿੱਤੇ ਗਏ ਉਹਦੇ ਹੱਥ ਵੜ ਦਿੱਤੇ ਗਏ ਉਹਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਦੁਨੀਆ 'ਚੋ ਸਨਾਲੋ ਸਖਤ ਤਸੀਹੇ ਕਿਸੇ ਨੂੰ ਨਹੀਂ ਦਿੱਤੇ ਗਏ। ਕ੍ਰਾਈਸਟ ਨੂੰ ਛੇਤੀ ਮਾਰ ਦਿੱਤਾ ਗਿਆ। ਗਾਂਧੀ ਨੂੰ ਛੇਤੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਸੁਕਰਾਟ ਨੂੰ ਜ਼ਹਿਰ ਦਿੱਤਾ ਗਿਆ। ਮਨਸੂਰ ਮਨੁੱਖ ਦੇ ਇਤਿਹਾਸ 'ਚ ਸਭ ਤੋਂ ਵੱਧ ਪੀੜ ਨਾਲ ਮਾਰਿਆ ਗਿਆ। ਪਹਿਲਾਂ ਉਹਦੇ ਪੈਰ ਵੱਢੇ ਗਏ। ਜਦੋਂ ਉਹਦੇ ਪੈਰਾਂ 'ਚ ਖੂਨ ਵਗਣ ਲੱਗਿਆ ਤਾਂ ਉਹਨੇ ਖੂਨ ਹੱਥ ਲੈ ਕੇ ਹੱਥਾਂ 'ਤੇ ਲਾਇਆ। ਤਾਂ ਉਹਨੇ ਖੂਨ ਨੂੰ ਲੈ ਕੇ ਹੱਥਾਂ 'ਤੇ ਲਾਇਆ। ਭੀੜ ਇਕੱਠੀ ਸੀ ਲੋਕ ਪੱਥਰ ਸੁੱਟ ਰਹੇ ਸਨ। ਉਹਨਾਂ ਨੇ ਪੁੱਛਿਆ ਕਿ ਕਰ ਰਿਹਾ ਹੈ ਉਹਨੇ ਕਿ ਵੁਜ਼ੂ ਕਰਦਾ ਮੁਸਲਮਾਨ ਨਮਾਜ਼ ਤੋਂ ਪਹਿਲਾਂ ਹੱਥ ਧੋਂਦੇ ਹਨ ਉਹਨੇ ਆਪਣੇ ਖੂਨ ਨਾਲ ਆਪਣੇ ਹੱਥ ਧੋਤੇ ਉਹਨੇ ਕਿਹਾ ਵੁਜ਼ੂ ਕਰਦਾ ਤੇ ਉਹਨੇ ਕਿਹਾ ਯਾਦ ਰਹੀ मंसूर ਦਾਏ ਬਚਨ ਕਿ ਜੋ ਪ੍ਰੇਮ ਦੀ ਵੁਜ਼ੂ ਹੈ ਅਸਲੀ ਉਹ ਖੂਨ ਨਾਲ ਕੀਤੀ ਜਾਂਦੀ ਹੈ ਪਾਣੀ ਨਾਲ ਨਹੀਂ ਕੀਤੀ ਜਾਂਦੀ ਤੇ ਜੋ ਆਪ ਦੀ ਖੂਨ ਨਾਲ ਵੁਜ਼ੂ ਕਰਦਾ ਉਹੀ ਨਮਾਜ਼ 'ਚ ਪ੍ਰਵੇਸ਼ ਕਰਦਾ ਲੋਕ ਬੜੇ ਹੈਰਾਨ ਹੋਏ ਕਿ পাগল ਹੈ ਉਹਦੇ ਪੈਰ ਵੱਡ ਦਿੱਤੇ ਗਏ ਫਿਰ ਉਹਦੇ ਹੱਥ ਵੱਡ ਦਿੱਤੇ ਗਏ ਫਿਰ ਉਹਨਾਂ ਨੇ ਉਹਦੀਆਂ ਅੱਖਾਂ ਕੱਢ ਦਿੱਤੀਆਂ 1 ਲੱਖ ਲੋਕ ਇਕੱਠੇ ਹਨ ਪੱਥਰ ਮਾਰ ਰਹੇ ਹਨ ਉਹਦਾ ਇੱਕ ਇੱਕ ਅੰਗ ਵੱਡਿਆ ਜਾ ਰਿਹਾ ਤੇ ਜਦੋਂ ਉਹਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਤਾਂ ਉਹ ਚਿੱਲਾਇਆ ਇਹ ਪਰਮਾਤਮਾ ਚੇਤੇ ਰੱਖੀ ਮਨਸੂਰ ਜਿੱਤ ਗਿਆ ਲੋਕਾਂ ਨੇ ਪੁੱਛਿਆ ਕੀ ਗੱਲ ਹੈ ਕਿਸ ਗੱਲ 'ਚ ਜਿੱਤ ਗਿਆ ਉਹਨੇ ਕਿਹਾ ਪਰਮਾਤਮਾ ਨੂੰ ਕਹਿ ਰਿਹਾ ਪਰਮਾਤਮਾ ਚੇਤੇ ਰੱਖੀ ਮਨਸੂਰ ਜਿੱਤ ਗਿਆ ਪ੍ਰੇਮ ਮੇਰਾ ਕਾਇਮ ਹੈ ਇਹਨਾਂ ਨੇ ਜੋ ਮੇਰੇ ਨਾਲ ਕੀਤਾ ਮੇਰੇ ਨਾਲ ਨਹੀਂ ਕਰ पाए प्रेम कायम है उन्होंने कहा मैं यही मेरी प्रार्थना है तो यही मेरी इबादत है मंसूर उस वक्त ਵੀ ਹੱਸ ਰਿਹਾ ਸੀ ਉਸ ਵਕਤ ਵੀ ਮਸਤ ਸੀ ਲੋਕ ਮੌਤੇ ਦੇ ਸਾਹਮਣੇ ਖੁਸ਼ ਰਹੇ ਸਨ ਹੱਸਦੇ ਰਹੇ ਸਨ ਅਸੀਂ ਜ਼ਿੰਦਗੀ ਦੇ ਸਾਹਮਣੇ ਉਦਾਸ ਤੇ ਰੋਂਦੇ ਹੋਏ ਬੈਠੇ ਹਾਂ ਗਲਤ ਹੈ ਕੋਈ ਉਦਾਸ ਰਾ ਕੋਈ ਵੀ ਖਾਦ ਨਾਲ ਭਰਿਆ ਚਿੱਤ ਕੋਈ ਵੱਡੀਆਂ ਮਹਿੰਮਾਂ ਨਹੀਂ ਕਰ ਸਕਦਾ ਮੁਹਿੰਮ ਦੇ ਲਈ ਪਰਫੁੱਲਤਾ ਮੁਹਿੰਮ ਦੇ ਲਈ ਆਨੰਦ ਨਾਲ ਭਰਿਆ ਹੋਇਆ ਚਿੱਤਰ ਚਾਹੀਦਾ 24 ਘੰਟੇ ਪਰਫੁੱਲਤਾ ਨੂੰ ਸਾਧੋ ਇਹ ਸਿਰਫ ਆਦਤਾਂ ਹਨ ਉਦਾਸੀ ਇਕਾਦਤ ਹੈ ਜਿਹਨੂੰ ਤੁਸੀਂ ਬਣਾ ਲਿਆ ਪਰਫੁੱਲਤਾ ਇਕਾਦਤ ਹੈ ਜਿਹਨੂੰ ਉਹਨੂੰ ਬਣਾ ਸਕਦੇ ਹੋ ਪਰਫੁੱਲਤਾ ਨੂੰ ਵਧਾਈ ਰੱਖਣ ਦੇ ਲਈ ਜ਼ਰੂਰੀ ਹੈ ਕਿ ਜ਼ਿੰਦਗੀ ਦਾ ਉਹ ਹਿੱਸਾ ਦੇਖੋ ਜੋ ਰੌਸ਼ਨ ਹੈ ਉਹ ਹਿੱਸਾ ਨਹੀਂ ਜੋ ਹਨੇਰੇ ਚ ਭਰਿਆ ਹੈ ਮੈਂ ਜੇਕਰ ਤੁਹਾਨੂੰ કહਾਂ ਕਿ ਮੇਰਾ ਕੋਈ ਮਿੱਤਰ ਹੈ ਉਹ ਬਹੁਤ ਵਧੀਆ ਗੀਤ ਗਾਉਂਦਾ ਹੈ ਜਾਂ ਬਹੁਤ ਵਧੀਆ ਬਾਂਸਰੀ ਵਜਾਉਂਦਾ ਹੈ ਤੁਸੀਂ ਮੈਨੂੰ ਆਖੋਗੇ ਹੋਏਗਾ ਇਹ ਕੀ ਬਾਂਸਰੀ বাজਾਏਗਾ ਇਹਨੂੰ ਅਸੀਂ ਸ਼ਰਾਬਖਾਨੇ 'ਚ ਸ਼ਰਾਬ ਪਿੰਦੇ ਆ ਵੇਖਿਆ ਹੈ ਇਹ ਹਨੇਰਾ ਦੇਖਣਾ ਜੇਕਰ ਮੈਂ ਤੁਹਾਨੂੰ કહਾਂ ਕਿ ਇਹ ਮੇਰੇ ਮਿੱਤਰ ਹਨ ਸ਼ਰਾਬ ਪਿੰਦੇ ਹਨ ਤੇ ਤੁਸੀਂ ਮੈਨੂੰ ਆਖੋ ਹੋਏਗਾ ਪਰ ਇਹ ਤਾਂ ਬਹੁਤ ਵਧੀਆ ਬਾਂਸਰੀ ਵਜਾਉਂਦੇ ਆ ਤਾਂ ਇਸ ਜ਼ਿੰਦਗੀ ਦੇ ਰੋਸ਼ਨ ਪੱਖ ਨੂੰ ਦੇਖਣਾ ਜਿਹਨੇ ਖੁਸ਼ ਹੋਣਾ ਹੈ ਉਹ ਪ੍ਰਕਾਸ਼ ਨੂੰ ਦੇਖੇ ਜਿਨੇ ਖੁਸ਼ ਹੋਣਾ ਹੈ ਉਹ ਹੀ ਦੇਖੇ ਕਿ ਦੋ ਦਿਨਾਂ ਦੇ ਵਿਚਾਲੇ ਇੱਕ ਰਾਤ ਹੈ ਜਿਨੇ ਉਦਾਸ ਹੋਣਾ ਹੈ ਉਹ ਹੀ ਦੇਖੇ ਕਿ ਦੋ ਰਾਤਾਂ ਦੇ ਵਿਚਾਲੇ ਇੱਕ ਦਿਨ ਹੈ ਅਸੀਂ ਜਿਹਾ ਜੀਆ ਜ਼ਿੰਦਗੀ ਦੇਖਦੇ ਹਾਂ ਜ਼ਿੰਦਗੀ ਨੂੰ ਉਹ ਜਿਹਾ ਸਾਡੇ ਅੰਦਰ ਕੁਝ ਵਿਕਸਤ ਹੋ ਜਾਂਦਾ ਹੈ ਸੋ ਜ਼ਿੰਦਗੀ ਦੇ ਹਨੇਰੇ ਪੱਖ ਨੂੰ ਨਾ ਦੇਖੋ ਜ਼ਿੰਦਗੀ ਦੇ ਰੋਸ਼ਨ ਪੱਖ ਨੂੰ ਦੇਖੋ ਮੈਂ ਛੋਟਾ ਸੀ ਮੇਰੇ ਪਿਤਾ ਗਰੀਬ ਸਨ ਉਹਨਾਂ ਨੇ ਬੜੀ ਮੁਸ਼ਕਲ ਨਾਲ ਆਪਣਾ ਇੱਕ ਮਕਾਨ ਬਣਾਇਆ ਗਰੀਬੀ ਸੰਤੇ ਨਾ ਸਮਝਵੀ ਸਨ ਕਿ ਕਦੇ ਉਹਨਾਂ ਨੇ ਮਕਾਨ ਨਹੀਂ ਬਣਾਏ ਸਨ ਉਹਨਾਂ ਨੇ ਬੜੀ ਮੁਸ਼ਕਲ ਨਾਲ ਇੱਕ ਮਕਾਨ ਬਣਾਇਆ ਉਹ ਮਕਾਨ ਨਾ ਸਮਝੀ ਨਾਲ ਬਣਿਆ ਹੋਇਆ ਉਹ ਬਣਿਆ ਤੇ ਅਸੀਂ ਉਸ ਮਕਾਨ 'ਚ ਪਹੁੰਚੇ ਵੀ ਨਹੀਂ ਉਹ ਪਹਿਲੀ ਬਰਸਾਤ 'ਚ ਡਹਿ ਗਿਆ ਅਸੀਂ ਛੋਟੇ ਸੀ ਤੇ ਬਹੁਤ ਦੁਖੀ ਹੋਏ ਉਹ ਪਿੰਡ ਦੇ ਬਾਹਰ ਸਨ ਉਹਨਾਂ ਨੂੰ ਮੈਂ ਖ਼ਬਰ ਕੀਤੀ ਕਿ ਮਕਾਨ ਤਾਂ ਡਹਿ ਗਿਆ ਤੇ ਬੜੀਆਂ ਆਸਾਂ ਸਨ ਕਿ ਉਸ 'ਚ ਜਾਵਾਂਗੇ ਉਹ ਤਾਂ ਸਭ ਖਤਮ ਹੋ ਗਈਆਂ ਉਹ ਆਏ ਤੇ ਉਹਨਾਂ ਨੇ ਪਿੰਡ 'ਚ ਪ੍ਰਸ਼ਾਦ ਵੰਡੇ ਤੇ ਉਹਨਾਂ ਨੇ ਕਿਹਾ ਕਿ ਪਰਮਾਤਮਾ ਦਾ ਧੰਨਵਾਦ ਜੇ ਇਹ 8 ਦਿਨਾਂ ਦੇ ਬਾਅਦ ਟੈਂਦਾ ਤਾਂ ਮੇਰਾ ਇੱਕ ਵੀ ਬੱਚਾ ਨਾ ਬਚਦਾ। ਅਸੀਂ 8 ਦਿਨ ਬਾਅਦ ਹੀ ਉਸ ਘਰ ਚ ਜਾਣ ਵਾਲੇ ਸੀ। ਉਸ ਤੋਂ ਬਾਅਦ ਜ਼ਿੰਦਗੀ ਪਰਵਿਸਗਲੋਂ ਖੁਸ਼ ਰਹਿ ਕੇ ਮਕਾਨ 8 ਦਿਨ ਪਹਿਲਾਂ ਟਹਿ ਗਿਆ। 8 ਦਿਨ ਬਾਅਦ ਟੈਂਦਾ ਤਾਂ ਬਹੁਤ ਮੁਸ਼ਕਿਲ ਹੋ ਜਾਂਦੀ। ਕਿਉਂ ਵੀ ਜ਼ਿੰਦਗੀ ਦੇਖੀ ਜਾ ਸਕਦੀ ਹੈ। ਜਿਹੜਾ ਇੰਜ ਦੇਖਦਾ ਉਹਦੇ ਜੀਵਨ ਵਿੱਚ ਬੜੀ ਪ੍ਰਸੰਨਤਾ ਤੇ ਬੜੀ ਪ੍ਰਸੰਤਾ ਦਾ ਪ੍ਰਗਟਾਵਾ ਹੁੰਦਾ। ਤੁਸੀਂ ਜ਼ਿੰਦਗੀ ਨੂੰ ਕਿਵੇਂ ਦੇਖਦੇ? ਇਸੋ ਤੇ ਸਭ ਨਿਰਭਰ ਹੈ ਜ਼ਿੰਦਗੀ ਕੁਝ ਵੀ ਨਹੀਂ ਹੈ ਤੁਹਾਡਾ ਦੇਖਣਾ ਤੁਹਾਡਾ ਐਟੀਟਿਊਡ ਤੁਹਾਡੀ ਪਕੜ ਤੁਹਾਡੀ ਸਮਝ ਤੁਹਾਡੀ ਜ਼ਿੰਦਗੀ ਸਭ ਕੁਝ ਬਣਾਉਂਦੀ ਤੇ ਵਿਗਾੜਦੀ ਹੈ ਤੁਸੀਂ ਖੁਦ ਕੋਲੋਂ ਪੁੱਛੋਗੇ ਤੁਸੀਂ ਕੀ ਦੇਖਦੇ ਹੋ ਕਿ ਤੁਸੀਂ ਇੱਕ ਵੀ ਅਜਿਹਾ ਬੁਰੇ ਤੋਂ ਬੁਰਾ ਆਦਮੀ ਦੇਖਿਆ ਜਿਸ 'ਚ ਕੁਝ ਅਜਿਹਾ ਨਾ ਹੋਵੇ ਜੋ ਸਾਧੂਆਂ ਵਿੱਚ ਵੀ ਮੁਸ਼ਕਲ ਹੁੰਦਾ ਹੈ ਕਿ ਤੁਸੀਂ ਅਜਿਹਾ ਬੁਰੇ ਤੋਂ ਬੁਰਾ ਆਦਮੀ ਨੂੰ ਦੇਖਿਆ ਜਿਸ 'ਚ ਇੱਕ ਵੀ ਚੀਜ਼ ਅਜਿਹੀ ਨਾ ਮਿਲ ਜਾਏ ਜੋ ਸਾਧੂਆਂ 'ਚ ਮੁਸ਼ਕਲ ਚ ਹੁੰਦੀ ਹੈ ਤੇ ਜੇ ਤੁਹਾਨੂੰ ਮਿਲ ਸਕਦੀ ਹੈ ਤਾਂ ਉਹਨੂੰ ਦੇਖੋ ਉਸ ਆਦਮੀ ਦਾ ਅਸਲੀ ਹਿੱਸਾ ਹੈ ਜ਼ਿੰਦਗੀ 'ਚ ਚਾਰੇ ਪਾਸੇ ਖੋਜੂ ਕਿਰਨ ਨੂੰ ਪ੍ਰਕਾਸ਼ ਨੂੰ ਉਸ ਨਾਲ ਤੁਹਾਡੇ ਅੰਦਰ ਕਿਰਨ ਦੇ ਪ੍ਰਕਾਸ਼ ਪੈਦਾ ਹੋਏਗਾ ਇਹਨੂੰ ਕਹਿੰਦੇ ਪਰਫੁੱਲਤਾ ਤੀਜਾ ਭਾਵ ਹੈ ਕਿ ਅਸੀਂ ਪ੍ਰਸੰਨ ਹੋਈਏ ਅਸੀਂ ਇੰਨੇ ਪ੍ਰਸੰਨ ਹੋਈਏ ਕਿ ਅਸੀਂ ਮੌਤ ਨੂੰ ਤੇ ਦੁੱਖ ਨੂੰ ਗਲਤ ਕਰ ਦੇਈਏ ਅਸੀਂ ਇੰਨੇ ਆਨੰਦਤ ਹੋਈਏ ਕਿ ਮੌਤ ਤੇ ਦੁੱਖ ਤਾਂ ਸੁੰਘੜ ਕੇ ਹੀ ਮਰ ਜਾਣ ਪਤਾ ਵੀ ਨਾ ਲੱਗੇ ਮੌਤ ਤੇ ਦੁੱਖ ਵੀ ਹੈ ਜਿਹੜਾ ਇੰਨੀ ਪਰਫੁੱਲਤਾ ਤੇ ਆਨੰਦ ਨੂੰ ਆਪਣੇ ਅੰਦਰ ਸੰਜੋਂਦਾ ਹੈ ਉਹ ਸਾਧਨਾ 'ਚ ਗਤੀ ਕਰਦਾ ਹੈ ਸਾਧਨਾ ਦੀ ਗਤੀ ਦੇ ਲਈ ਬਹੁਤ ਜ਼ਰੂਰੀ ਹੈ ਬਹੁਤ ਹੀ ਜ਼ਰੂਰੀ ਇੱਕ ਸਾਧੂ ਹੋਇਆ ਉਸਾਰੀ ਜ਼ਿੰਦਗੀ ਇੰਨਾ ਖੁਸ਼ ਰਿਹਾ ਕਿ ਲੋਕ ਹੈਰਾਨ ਸਨ ਲੋਕਾਂ ਨੇ ਕਦੇ ਉਹਨੂੰ ਉਦਾਸ ਨਹੀਂ ਦੇਖਿਆ ਕਦੇ ਦੁਖੀ ਨਹੀਂ ਦੇਖਿਆ ਉਹਦੇ ਮਰਨ ਦਾ ਵਕਤ ਆਇਆ ਤਾਂ ਉਹਨੇ ਕਿਹਾ ਕਿ ਹੁਣ ਮੈਂ 3 ਦਿਨਾਂ ਦੇ ਬਾਅਦ ਮਰ ਜਾਵਾਂਗਾ ਇਹ ਮੈਂ ਇਸ ਲਈ ਦੱਸ ਰਿਹਾ ਕਿ ਤੁਹਾਨੂੰ ਚੇਤਾ ਰਹਿ ਕੇ ਜੋ ਆਦਮੀ ਜੀਵਨ ਪਰ ਹੱਸਦਾ ਸੀ ਉਦੀ ਕਬਰ ਤੇ ਕੋਈ ਰੋਵੇ ਨਾ ਇਹ ਮੈਂ ਇਸ ਲਈ ਦੱਸ ਰਿਹਾ ਕਿ ਜਦ ਮੈਂ ਮਰ ਜਾਵਾਂ ਤੇ ਇਸ ਚੌਂਪੜੀ ਤੇ ਕੋਈ ਬੰਦਾ ਨਾ ਆਵੇ ਇੱਥੇ ਹਮੇਸ਼ਾ ਆਨੰਦ ਸੀ ਇੱਥੇ ਹਮੇਸ਼ਾ ਖੁਸ਼ੀ ਸੀ ਇਸ ਲਈ ਮੇਰੀ ਮੌਤ ਨੂੰ ਇੱਕ ਉਤਸਵ ਬਣਾਉਣਾ ਮੇਰੀ ਮੌਤ ਨੂੰ ਦੁੱਖ ਨਾ ਬਣਾਉਣਾ ਮੇਰੀ ਮੌਤ ਨੂੰ ਇੱਕ ਉਤਸਵ ਬਣਾਓ ਲੋਕ ਤਾਂ ਦੁਖੀ ਹੋਏ ਬਹੁਤ ਦੁਖੀ ਇਹ ਤਾਂ ਅਨੋਖਾ ਆਦਮੀ ਸੀ ਤੇ ਜਿੰਨਾ ਅਨੋਖਾ ਆਦਮੀ ਹੁੰਨਾ ਉਹਦੇ ਮਰਨ ਦਾ ਦੁੱਖ ਵੱਧ ਸੀ ਤੇ ਉਹਨੂੰ ਪ੍ਰੇਮ ਕਰਨ ਵਾਲੇ ਬਹੁਤ ਸੀ ਉਹ ਸਾਰੇ ਤਿੰਨ ਦਿਨਾਂ ਤੋਂ ਇਕੱਠੇ ਹੋਣੇ ਸ਼ੁਰੂ ਹੋ ਗਏ ਉਮਰ ਦੇ ਵਕਤ ਤੱਕ ਲੋਕਾਂ ਨੂੰ ਹਸਾ ਰਿਹਾ ਸੀ ਅਨੁਖੀਆਂ ਗੱਲਾਂ ਕਰ ਰਿਹਾ ਸੀ ਉਹਨਾਂ ਨਾਲ ਪ੍ਰੇਮ ਦੀਆਂ ਗੱਲਾਂ ਕਰ ਰਿਹਾ ਸੀ ਸਵੇਰੇ ਮਰਨ ਤੋਂ ਪਹਿਲਾਂ ਉਹਨੇ ਇੱਕ ਗੀਤ ਗਾਇਆ ਗੀਤ ਗਾਉਣ ਤੋਂ ਬਾਅਦ ਉਹਨੇ ਕਿਹਾ ਚੇਤੇ ਰਹੇ ਮੇਰੇ ਕੱਪੜੇ ਨਾ ਲਾਉਣਾ ਮੇਰੀ ਚਿਖਾ ਉੱਤੇ ਮੇਰੇ ਪੂਰੇ ਸਰੀਰ ਨੂੰ ਚੜਾ ਦੇਣਾ ਕੱਪੜਿਆਂ ਸੋਨੇ ਮੈਨੂੰ ਨਹਾਉਣਾ ਨਾ ਉਹਨੇ ਕਿਹਾ ਸੀ ਆਦੇਸ਼ ਸੀ ਉਹ ਮਰ ਗਿਆ ਉਹਨੂੰ ਕੱਪੜਿਆਂ ਸਨੇ ਚਿਖਾ ਤੇ ਚੜਾ ਦਿੱਤਾ ਉਹ ਕੱਪੜਿਆਂ ਸਨੇ ਜਿੱਚਾ ਤੇ ਰੱਖਿਆ ਗਿਆ ਤਾਂ ਲੋਕ ਉਦਾਸ ਖੜੇ ਸੀ ਪਰ ਦੇਖ ਕੇ ਹੈਰਾਨ ਹੋਏ ਉਹਦੇ ਕੱਪੜਿਆਂ ਵਿੱਚ ਉਹਨੇ ਫੁੱਲ ਚੜੀ ਤੇ ਪਟਾਕੇ ਚ ਪਾ ਰੱਖੇ ਸੀ ਉੱਚਾ ਚਾ ਤੇ ਚੜਿਆ ਫੁੱਲ ਚੜੀਆਂ ਤੇ ਪਟਾਕੇ ਛੁੱਟਣੇ ਸ਼ੁਰੂ ਹੋ ਗਏ ਚਿਖਾ ਉਤਸਵ ਬਣ ਗਈ ਤੇ ਲੋਕ ਹੱਸਣ ਲੱਗੇ ਤੇ ਉਹਨਾਂ ਨੇ ਕਿਹਾ ਜਿਸ ਨੇ ਜ਼ਿੰਦਗੀ 'ਚ ਹਸਾਇਆ ਉਹ ਮੌਤ 'ਚ ਵੀ ਸਾਨੂੰ ਵਸਾ ਕੇ ਗਿਆ ਜ਼ਿੰਦਗੀ ਨੂੰ ਹਾਸਾ ਬਣਾਉਣਾ ਜ਼ਿੰਦਗੀ ਨੂੰ ਹੀ ਖੁਸ਼ੀ ਤੇ ਮੌਤ ਨੂੰ ਵੀ ਇੱਕ ਖੁਸ਼ੀ ਤੇ ਜਿਹੜਾ ਜਿਆ ਕਰਨ 'ਚ ਸਫਲ ਹੋ ਜਾਂਦਾ ਹੈ ਉਹਨੂੰ ਬੜੀ ਤੰਨਤਾ ਮਿਲਦੀ ਹੈ ਬੜੀ ਕਿਰਤਗਤਾ ਹਾਸਲ ਹੁੰਦੀ ਹੈ ਤੇ ਉਸ ਭੂਮਿਕਾ 'ਚ ਜਦ ਕੋਈ ਸਾਧਨਾ ਚ ਦਾਖਲ ਹੁੰਦਾ ਹੈ ਤਾਂ ਗਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਉਹਦਾ ਤੀਰ ਦੀ ਤਰ੍ਹਾਂ ਵਿਕਾਸ ਹੁੰਦਾ ਹੈ ਬੋਜਲ ਮਨ ਨਾਲ ਜਿਹੜਾ ਜਾਂਦਾ ਉਹਨੇ ਤੀਰ 'ਚ ਪੱਥਰ ਬੰਨ੍ਹ ਦਿੱਤੇ ਹੈ ਬੋਜਲ ਮਨ ਨਾਲ ਜਿਹੜਾ ਜਾਂਦਾ ਉਹਨੇ ਤੀਰ 'ਚ ਪੱਥਰ ਬੰਨੇ ਆ ਤੇ ਤੀਰ ਕਿੱਥੇ ਜਾਏਗਾ ਜੇ ਨੀ ਤੀਬਰ ਗਤੀ ਚਾਹੀਦੀ ਹੋਵੇ ਉਹਨਾਂ ਹੌਲਾ ਤੇ ਭਾਰ ਰਹਿਤ ਮਨ ਚਾਹੀਦਾ ਹੈ ਜਿੰਨਾ ਤੀਰ ਨੂੰ ਦੂਰ ਪਹੁੰਚਾਉਣਾ ਹੋਵੇ ਉਹਨਾਂ ਤੀਰ 'ਚ ਵਜ਼ਨ ਘੱਟ ਚਾਹੀਦਾ ਹੈ ਜਿੰਨੇ ਉੱਚੇ ਪਹਾੜ ਚੜਨੇ ਆ ਉਹਨਾਂ ਬੋਝ ਨੂੰ ਛੱਡ ਦੇਣਾ ਪੈਂਦਾ ਹੈ ਸਭ ਤੋਂ ਵੱਡਾ ਬੋਝ ਦੁੱਖ ਦਾ ਤੇ ਵਿਖਾਦ ਦਾ ਉਦਾਸੀ ਦਾ ਇਸ ਤੋਂ ਵੱਡਾ ਕੋਈ ਬੋਝ ਨਹੀਂ ਹੈ ਕਿ ਤੁਸੀਂ ਲੋਕਾਂ ਨੂੰ ਦੇਖਦੇ ਹੋ ਉਹ ਦਬੇ ਚਲੇ ਜਾ ਰਹੇ ਹਨ ਜਿਵੇਂ ਭਾਰਾ ਬੋਝ ਉਹਨਾਂ ਦੇ ਸਿਰ ਤੇ ਰੱਖਿਆ ਹੋਵੇ ਇਸ ਬੋਝ ਨੂੰ ਹੇਠਾਂ ਲਾ ਸੁੱਟੋ ਪਰਫੁੱਲਤਾ ਦੀ ਇੱਕ ਹੋਂਕਾਰ ਕਰੋ ਸ਼ੇਰ ਗਰਜਣਾ ਕਰੋ ਦੱਸ ਦਿਓ ਕਿ ਪੂਰੇ ਜੀਵਨ ਨੂੰ ਕਿ ਜੀਵਨ ਕਿਹੋ ਜਿਹਾ ਵੀ ਹੋਵੇ ਉਸ 'ਤੇ ਵੀ ਖੁਸ਼ੀ ਤੇ ਜ਼ਿੰਦਗੀ ਗੀਤ ਬਣਾਈ ਜਾ ਸਕਦੀ ਹੈ ਜ਼ਿੰਦਗੀ ਇੱਕ ਸੰਗੀਤ ਹੋ ਸਕਦੀ ਹੈ ਇਸ ਤੀਜੀ ਪਰਫੁੱਲਤਾਨ ਨੂੰ ਚੇਤੇ ਰੱਖਣਾ ਧੰਨਵਾਦ